ਸਤਿ ਸ਼੍ਰੀ ਅਕਾਲ ਜੀ ਸਾਰੇ ਕਿਸਾਨ ਵੀਰਾਂ ਨੂੰ ਯੂਟਿਊਬ ਫਾਰਮਰ ਚੈਨਲ 'ਤੇ ਸਵਾਗਤ ਹੈ ਤੁਹਾਡਾ ਸਭ ਦਾ। ਸੋ ਕਿਸਾਨਾਂ ਲਈ ਜਾਣਕਾਰੀ ਲੈ ਕੇ ਹਾਜ਼ਰ ਹਾਂ ਪਨੀਰੀ ਦੇ ਬਾਰੇ, ਝੋਨੇ ਦੀ ਪੌਦ ਦੇ ਬਾਰੇ। ਸਰਕਾਰ ਵੱਲੋਂ ਜਿਵੇਂ ਕਿ ਪਿਛਲੇ ਦਿਨੀ ਐਲਾਨ ਹੋ ਗਿਆ ਹੈ ਕਿ 15 ਜੂਨ ਤੋਂ ਸਾਰੇ ਪੰਜਾਬ ਦੇ ਵਿੱਚ ਝੋਨੇ ਦੀ ਲਵਾਈ ਸ਼ੁਰੂ ਹੈ, ਅਤੇ ਜਿਹੜੇ ਖਾਸ ਬਾਰਡਰ ਏਰੀਆ ਜਾਂ ਨਹਿਰੀ ਪਾਣੀ ਵਾਲੇ ਇਲਾਕੇ ਨੇ ਉਹਨਾਂ ਵਿੱਚ 11 ਜੂਨ ਹੈ, ਬਾਕੀ ਸਾਰੇ ਪੰਜਾਬ ਦੇ ਵਿੱਚ 15 ਜੂਨ ਤੋਂ ਝੋਨੇ ਦੀ ਲਵਾਈ ਦਾ ਜਿਹੜਾ ਤਰੀਕ ਦਾ ਐਲਾਨ ਹੋ ਗਿਆ ਹੈ। ਸੋ ਕਿਸਾਨਾਂ ਦੇ ਲਈ ਪਨੀਰੀ ਬਿਜਾਈ ਦਾ ਜਿਹੜਾ ਸਮਾਂ ਹੈ ਉਹ 15 ਮਈ ਨਿਸ਼ਚਿਤ ਕੀਤਾ ਗਿਆ ਹੈ। 15 ਮਈ ਤੋਂ ਕਿਸਾਨ ਪਨੀਰੀ ਬਿਜਾਈ ਕਰ ਸਕਦੇ ਨੇ, ਅਤੇ ਅੱਜ ਵੀਡੀਓ ਬਣਾਉਣ ਦੀ ਤਰੀਕ ਹੈ 12 ਮਈ। ਪਿਛਲੇ ਦਿਨ 11 ਮਈ ਨੂੰ ਹੀ ਇਹ ਐਲਾਨ ਹੋਇਆ ਹੈ ਲਿਖਤੀ ਰੂਪ ਵਿੱਚ ਸਰਕਾਰ ਦੇ ਵੱਲੋਂ, ਖੇਤੀਬਾੜੀ ਵਿਭਾਗ ਵੱਲੋਂ। ਅਤੇ ਗੱਲ ਕਰਾਂਗੇ ਅੱਜ ਆਪਾਂ ਪਨੀਰੀ ਦੀ ਕਿ ਆਪਾਂ ਸਮੇਂ ਦੇ ਵਿੱਚ ਪਨੀਰੀ ਘੱਟ ਦਿਨਾਂ ਵਿੱਚ ਤਿਆਰ ਕਿਵੇਂ ਕਰੀਏ, ਇਹਦੇ ਵਿੱਚ ਆਪਾਂ ਨੂੰ ਕੀ ਗੱਲਾਂ ਦਾ ਧਿਆਨ ਰੱਖਣ ਦੀ ਲੋੜ ਹੈ, ਕਿਉਂਕਿ ਜੇਕਰ ਇਹ ਗੱਲਾਂ ਆਪਾਂ ਸਮੇਂ ਤੋਂ ਪਹਿਲਾਂ ਵਰਤਦੇ ਹਾਂ ਤਾਂ ਆਪਣੀ ਪਨੀਰੀ ਵਧੀਆ ਸਮੇਂ 'ਤੇ ਤਿਆਰ ਹੋ ਜਾਂਦੀ ਹੈ। ਕਿਉਂਕਿ ਇਸ ਸਾਲ ਜਿਹੜਾ ਜ਼ਿਆਦਾ ਰੁਝਾਨ ਜਿਵੇਂ ਪੂਛਾ 44 ਬੈਨ ਹੋ ਗਈ ਆ, ਹਾਲਾਂਕਿ ਕੁਝ ਖੇਤਰਾਂ ਵਿੱਚ ਜਿਹੜੇ ਕਿਸਾਨਾਂ ਕੋਲ ਆਪਦਾ ਬੀਜ ਹੈ ਉਹ ਲੱਗੇਗੀ ਜ਼ਰੂਰ, ਪਰ ਆਉਂਦੇ ਹੌਲੀ ਹੌਲੀ ਸਮੇਂ ਦੇ ਵਿੱਚ ਇਹ ਘੱਟਦੀ ਜਾਵੇਗੀ। ਪਰ ਜ਼ਿਆਦਾਤਰ ਰੁਝਾਨ ਹੈ ਜਿਹੜਾ 126 ਵੱਲ ਹੈ, ਆਪਾਂ ਨੂੰ ਆਪਣੇ ਪੱਧਰ 'ਤੇ ਵੀ ਪੂਛਾ 44 ਨੂੰ ਛੱਡਣਾ ਚਾਹੀਦਾ ਹੈ, ਅਤੇ 126 ਵੱਲ ਜਾਂ ਹੋਰ ਵਰਾਇਟੀਆਂ ਹੈਗੀਆਂ ਨੇ ਉਹਨਾਂ ਵੱਲ ਵਧਣਾ ਚਾਹੀਦਾ ਹੈ ਜਿਹੜੀਆਂ ਥੋੜ੍ਹੇ ਜਿਹੇ ਘੱਟ ਸਮੇਂ ਦੇ ਵਿੱਚ ਚੰਗਾ ਝਾੜ ਦੇ ਜਾਣ। ਇਸ ਦੇ ਵਿੱਚ ਆਪਣਾ ਹੀ ਫਾਇਦਾ ਹੈ, ਜੇਕਰ ਚੰਗਾ ਝਾੜ ਆਪਾਂ ਨੂੰ ਘੱਟ ਸਮੇਂ ਵਿੱਚ ਮਿਲਦਾ ਹੈ ਤਾਂ ਆਪਾਂ ਘੱਟ ਖਰਚੇ ਦੇ ਵਿੱਚ, ਘੱਟ ਪਾਣੀ ਦੇ ਵਿੱਚ ਅਤੇ ਘੱਟ ਮਿਹਨਤ ਦੇ ਵਿੱਚ ਆਪਾਂ ਵਧੀਆ ਫਸਲ ਲੈ ਸਕਦੇ ਹਾਂ। ਸੋ PR 126 ਵਰਾਇਟੀ ਦਾ ਰਕਬਾ ਜਿਹੜਾ ਇਸ ਸਾਲ ਲਗਭਗ 70-75 % ਏਰੀਆ ਪੰਜਾਬ ਦਾ ਕਵਰ ਹੋਵੇਗਾ। ਇਸ ਤੋਂ ਬਿਨਾਂ ਹਾਈਬ੍ਰਿਡ ਕਿਸਮਾਂ ਵੀ ਕਈ ਪ੍ਰਚਲਿਤ ਨੇ, ਬਾਕੀ PR 131 ਆ ਜਿਹੜਾ ਉਸ ਦਾ ਵੀ ਜਿਹੜਾ ਬੀਜ ਹੈ ਕਾਫੀ ਵੱਡੀ ਮਾਤਰਾ ਦੇ ਵਿੱਚ ਇਸ ਸਾਲ ਵਿਕਰੀ ਹੋਈ ਹੈ। ਸੋ ਆਪਾਂ ਗੱਲ ਕਰਦੇ ਹਾਂ ਪਨੀਰੀ ਦੀ ਤਿਆਰੀ ਬਾਰੇ। ਪਨੀਰੀ ਦੀ ਤਿਆਰੀ ਦੇ ਲਈ ਸਭ ਤੋਂ ਪਹਿਲਾਂ ਤਾਂ ਖੇਤ ਆ ਜਿਹੜਾ ਆਪਣਾ ਲੇਜ਼ਰ ਹੋਣਾ ਜ਼ਰੂਰੀ ਹੈ। 0 ਲੈਵਲ ਖੇਤ ਹੋਵੇਗਾ ਤਾਂ ਆਪਣਾ ਜ਼ਿਆਦਾ ਵਧੀਆ ਰਹਿੰਦਾ ਹੈ, ਕਿਉਂਕਿ ਜੇਕਰ ਖੇਤ ਪੱਧਰਾ ਨਹੀਂ ਹੈ, ਉੱਚਾ ਨੀਵਾਂ, ਤਾਂ ਉਸਦੇ ਵਿੱਚ ਜਿਹੜੇ ਕਿਸੇ ਤੱਗੀਆਂ ਦੇ ਵਿੱਚ ਪਾਣੀ ਜ਼ਿਆਦਾ ਖੜੇਗਾ ਤਾਂ ਉੱਥੇ ਆਪਣੀ ਪਨੀਰੀ ਕੁਝ ਹਲਕੀ ਰਹਿ ਸਕਦੀ ਹੈ, ਉੱਚੀ ਨੀਵੀਂ ਪਨੀਰੀ ਹੋ ਜਾਵੇਗੀ। ਕਹਿਣ ਦਾ ਮਤਲਬ ਹੈ ਕਿ ਇੱਕ ਸਾਰ ਪਨੀਰੀ ਨਹੀਂ ਰਹੇਗੀ। ਅਤੇ ਬਾਕੀ ਪਾਣੀ ਦਾ ਪ੍ਰਬੰਧ ਕੀ ਹੋਣਾ ਚਾਹੀਦਾ ਪਨੀਰੀ ਤੋਂ, ਉਸ ਤੋਂ ਪਹਿਲਾਂ ਖੇਤ ਦੇ ਵਿੱਚ ਖਾਦਾਂ ਦੀ ਕੀ ਲੋੜ ਹੈ। ਜੇਕਰ ਆਪਣਾ ਪਿਛਲੇ ਸਾਲ ਆਪਾਂ ਜਿਵੇਂ ਕੋਈ ਕਣਕ ਦੇ ਜੇਕਰ ਪਹਿਲਾਂ ਜਾਂ ਫਿਰ ਪਿਛਲੇ ਸਾਲ ਆਪਾਂ ਰੂੜੀ ਖਾਦ ਪਾਈ ਹੋਈ ਆ ਉਸ ਖੇਤ ਦੇ ਵਿੱਚ, ਤਾਂ ਫਿਰ ਵਧੀਆ ਤੱਤ ਮਿਲਣਗੇ ਆਪਣੀ ਪਨੀਰੀ ਨੂੰ, ਕਿਉਂਕਿ ਜਿਹੜੀ ਰੂੜੀ ਖਾਦ ਆ 1.5-2 ਸਾਲ ਤੱਕ ਬਹੁਤ ਵਧੀਆ ਕੰਮ ਕਰਦੀ ਰਹਿੰਦੀ ਆ ਖੇਤ ਦੇ ਵਿੱਚ। ਅਤੇ ਉਸ ਤੋਂ ਬਿਨਾਂ ਪਨੀਰੀ ਦੇ ਮੂਹਰੇ ਰੂੜੀ ਖਾਦ ਨਹੀਂ ਪਾਉਣੀ, ਕਿਉਂਕਿ ਇਸ ਦੇ ਨਾਲ ਇੱਕ ਤਾਂ ਨਦੀਨਾਂ ਦੀ ਸਮੱਸਿਆ ਆ ਜਾਵੇਗੀ ਅਤੇ ਦੂਜਾ ਇੰਨੀ ਛੇਤੀ ਇਹ ਗਲਦੀ ਨਹੀਂ ਹੈ, ਜਿਹਦੇ ਕਰਕੇ ਥੋੜ੍ਹਾ ਬਹੁਤ ਪਨੀਰ ਦੇ ਵਿੱਚ ਦਿੱਕਤ ਆ ਸਕਦੀ ਹੈ। ਸੋ ਪਨੀਰੀ ਦੇ ਮੂਹਰੇ ਰੂੜੀ ਖਾਦ ਪਾਉਣ ਦੀ ਬਿਲਕੁਲ ਵੀ ਲੋੜ ਨਹੀਂ ਹੈ। ਖਾਦਾਂ ਦੀ ਵਰਤੋਂ ਆਪਾਂ DAP ਵਰਤ ਸਕਦੇ ਹਾਂ, ਜਿੰਕ ਪਾ ਸਕਦੇ ਹਾਂ ਆਪਣੇ ਖੇਤ ਦੇ ਮੁਤਾਬਕ ਕਿ ਆਪਣਾ ਖੇਤ ਹੱਦ, ਜੇਕਰ ਰੇਤਲੇ ਖੇਤ ਨੇ ਤਾਂ ਜਿੰਕ ਦੀ ਮਾਤਰਾ ਪ੍ਰਤੀ ਏਕੜ ਦੇ ਹਿਸਾਬ ਨਾਲ ਆਪਾਂ 15 ਕਿਲੋ ਵਰਤ ਸਕਦੇ ਹਾਂ। ਇਸ ਨੂੰ ਤੁਸੀਂ ਕਿੱਲਿਆਂ ਦੇ ਵਿੱਚ ਘਟਾ ਸਕਦੇ ਹੋ। 1 ਕਿੱਲੇ ਦੀ ਆਪਾਂ ਡੋਜ਼ ਦੱਸਾਂਗੇ, ਅਤੇ 1 ਕਿੱਲੇ ਦੀ ਡੋਜ਼ ਦੇ ਵਿੱਚ 1 ਕੁਇੰਟਲ DAP ਅਤੇ ਆਪਣਾ ਜਿਹੜਾ ਜਿੰਕ ਹੈ 15 ਕਿਲੋ ਵਰਤਣਾ ਆਪਾਂ। ਅਤੇ ਜੇਕਰ ਤੁਸੀਂ ਕਨਾਲਾਂ ਦੇ ਵਿੱਚ ਦੇਖੋਗੇ ਤਾਂ ਕਨਾਲਾਂ ਵਿੱਚ ਤੁਸੀਂ ਇਸ ਨੂੰ 8 'ਤੇ ਤਕਸੀਮ ਕਰ ਸਕਦੇ ਹੋ, ਜਿਵੇਂ ਕਿ ਲਗਭਗ 1 ਕਨਾਲ ਦਾ 2 ਕਿਲੋ ਜਿੰਕ ਦੇ ਆਸ ਪਾਸ ਆਜੂਗਾ। ਅਤੇ ਜੇਕਰ ਆਪਾਂ ਡਾਈ ਦੀ ਗੱਲ ਕਰੀਏ ਤਾਂ ਆਪਣਾ ਡਾਈ ਆ ਜਾਏਗਾ ਲਗਭਗ ਉਹੀ, 1 ਕੁਇੰਟਲ ਨੂੰ ਜੇਕਰ 8 'ਤੇ ਤਕਸੀਮ ਕਰੀਏ ਤਾਂ ਆਪਣੇ ਸਾਹਮਣੇ ਲਗਭਗ 12 ਕੁ ਕਿਲੋ DAP 1 ਕਨਾਲ ਦਾ ਆ ਜਾਏਗਾ, 12-14 ਕਿਲੋ, ਕਿਉਂਕਿ ਆਪਣੇ ਏਰੀਏ ਦੇ ਵਿੱਚ 8 ਕਨਾਲ ਦਾ ਕਿੱਲਾ ਹੈ। ਸੋ ਇਹਦੇ ਹਿਸਾਬ ਨਾਲ ਤੁਸੀਂ ਵਰਤ ਸਕਦੇ ਹੋ। ਇਸ ਤੋਂ ਇਲਾਵਾ ਜਿਹੜੀ ਹੋਰ ਤੱਤ ਆਪਾਂ ਵਰਤਣੀ ਹੈ ਇਹਦੇ ਵਿੱਚ, ਉਹ ਆਪਾਂ ਵਰਤ ਸਕਦੇ ਹਾਂ ਥੋੜ੍ਹਾ ਬਹੁਤ ਸਲਫਰ ਪਾ ਸਕਦੇ ਹਾਂ, ਕਿਉਂਕਿ ਸਲਫਰ ਵੀ ਵਧੀਆ ਰੋਲ ਪਲੇ ਕਰਦਾ ਹੈ। ਅਤੇ ਉਸ ਤੋਂ ਪਹਿਲਾਂ DAP ਦਾ ਆਪਾਂ ਵਰਤੋਂ ਕਦੋਂ ਕਰਨੀ ਹੈ, DAP ਆਪਾਂ ਖੇਤ ਬਹਾਈ ਦੇ ਵੇਲੇ ਵੀ ਛਿੱਟਾਂ ਮਾਰ ਸਕਦੇ ਹਾਂ ਇਹਦਾ, ਅਤੇ ਦੂਜਾ ਜੇਕਰ ਆਪਾਂ ਖੇਤ ਬਹਾਈ ਵੇਲੇ ਨਹੀਂ ਹੋਇਆ, ਆਪਾਂ ਖੇਤ ਤਿਆਰ ਕਰ ਲਏ, ਕਿਆਰੀਆਂ ਬਣਾ ਲਈਆਂ, ਤਾਂ ਜਦੋਂ ਆਪਾਂ ਪਨੀਰੀ ਦਾ ਛਿੱਟਾ ਮਾਰਨਾ ਹੈ ਉਸ ਸਮੇਂ ਵੀ ਆਪਾਂ DAP ਪਾ ਸਕਦੇ ਹਾਂ, ਕਿਉਂਕਿ DAP ਦਾ ਕਿਸੇ ਵੀ ਕਿਸਮ ਦਾ ਕੋਈ ਬੀਜ ਦੇ ਨਾਲ ਲੱਗਣ 'ਤੇ ਨੁਕਸਾਨ ਨਹੀਂ ਹੁੰਦਾ।
ਅਤੇ ਉਸ ਤੋਂ ਇਲਾਵਾ ਪਨੀਰੀ ਬੀਜਣੀ ਆ ਸੁੱਕੇ 'ਚ ਜਾਂ ਗਿੱਲੇ 'ਚ, ਇਹ ਤੁਹਾਡੇ ਖੇਤ 'ਤੇ ਨਿਰਭਰ ਆ। ਜੇਕਰ ਜ਼ਮੀਨ ਬਹੁਤ ਜ਼ਿਆਦਾ ਰੇਤਲੀ ਹੈ ਤਾਂ ਤੁਸੀਂ ਥੋੜ੍ਹਾ ਜਿਹਾ ਨਾ ਇਹਨੂੰ ਸੁੱਕੇ ਦੇ ਵਿੱਚ ਰਲਾ ਕੇ ਜੇਕਰ ਬੀਜੋਗੇ ਤਾਂ ਜ਼ਿਆਦਾ ਵਧੀਆ ਹੈ। ਇਹ ਜਿਹੜਾ ਰਲਾਈ ਹੈ ਸਵੇਰ ਜਾਂ ਸ਼ਾਮ ਠੰਡੇ ਵੇਲੇ ਕਰਨੀ ਹੈ, ਕਿਉਂਕਿ ਆਪਣੀ ਪਨੀਰੀ ਜਿਹੜੇ ਦਾਣੇ ਨੇ ਉਂਗਰੇ ਹੋਏ ਹੁੰਦੇ ਹਨ, ਧੁੱਪ ਵਿੱਚ ਉਹ ਸੁੱਕ ਜਾਂਦੇ ਨੇ। ਇਸ ਕਰਕੇ ਜਦੋਂ ਆਪਣੇ ਠੰਡਾ ਮੌਸਮ ਹੈ ਸਵੇਰ ਸ਼ਾਮ ਦਾ, ਤਾਂ ਉਸ ਸਮੇਂ ਆਪਾਂ ਬੀਜ ਖਿਲਾਰ ਕੇ, DAP ਖਾਦ ਖਿਲਾਰ ਕੇ, ਉਸ ਤੋਂ ਬਿਨਾਂ ਹੋਰ ਜਿਹੜੀ ਕੋਈ ਖਾਦ ਪਾਉਣੀ ਆ ਪਾ ਕੇ, ਤੰਗਲੀ ਵਗੈਰਾ ਫੇਰ ਕੇ ਪਾਣੀ ਵੀ ਭਰ ਸਕਦੇ ਹਾਂ। ਇਹਦੇ ਨਾਲ ਵਧੀਆ ਆਪਣੀ ਪਨੀਰੀਆ ਤਿਆਰ ਹੁੰਦੀ ਹੈ। ਬਾਕੀ ਇੱਕ ਧਿਆਨ ਰੱਖਣ ਜ਼ਰੂਰੀ ਗੱਲ ਹੈ ਕਿ ਪਹਿਲੇ ਲਗਭਗ 5-7 ਦਿਨ ਪਨੀਰੀ ਦੇ ਵਿੱਚ ਪਾਣੀ ਜੇਕਰ ਖੜ੍ਹਾ ਰੱਖਾਂਗੇ ਤਾਂ ਆਪਣੇ ਲੋਹੇ ਜਿੰਕ ਦੀ ਘਾਟ ਘਾਟ ਆਉਂਦੀ ਹੈ। ਬਾਕੀ ਜਦੋਂ ਪੱਤਾ ਆਪਣਾ 2-2 ਹੋ ਗਏ ਪਨੀਰੀ ਦੇ, ਤਾਂ ਆਪਾਂ ਜਿੰਕ ਲੋਹੇ ਦੀ ਜਿਹੜੀ ਸਪਰੇ ਆ ਉਹ ਪ੍ਰਤੀ 2 ਗ੍ਰਾਮ 1 ਲੀਟਰ ਦੇ ਹਿਸਾਬ ਨਾਲ ਛਿੜਕ ਸਕਦੇ ਹਾਂ, ਜਿਹਦੇ ਨਾਲ ਆਪਣੀ ਫਸਲ ਆ ਜਿਹੜੀ ਪਨੀਰੀ ਉਹ ਹਰੀ ਭਰੀ ਰਹਿੰਦੀ ਹੈ, ਪੀਲਾਪਨ ਨਹੀਂ ਆਉਂਦਾ ਹੈਗਾ। ਕਿਉਂਕਿ ਅਕਸਰ ਦੇਖਣ ਨੂੰ ਮਿਲਦਾ ਹੈ ਕਿ ਲਾਗਾਂ ਹੁੰਦੀਆਂ ਜਿਹੜੀਆਂ ਪਨੀਰੀ ਦੀਆਂ, ਉਹਦੇ ਵਿੱਚ ਜਿੰਕ ਲੋਹੇ ਦੀ ਘਾਟ ਆ ਕੇ ਸੁੱਕਣ ਲੱਗ ਜਾਂਦੀਆਂ ਨੇ, ਪੀਲੀਆਂ ਪੈ ਜਾਂਦੀਆਂ ਨੇ। ਸੋ ਇਹੀ 2-4 ਗੱਲਾਂ ਹੁੰਦੀਆਂ ਨੇ। ਬਾਕੀ ਯੂਰੀਆ ਆਪਾਂ 5ਵੇਂ 6ਵੇਂ ਦਿਨ ਤੋਂ ਜਦੋਂ 2-3 ਪੱਤੇ ਹੋ ਗਏ ਹਲਕਾ ਹਲਕਾ ਸ਼ੁਰੂ ਕਰ ਸਕਦੇ ਹਾਂ। ਹਲਕਾ ਹਲਕਾ ਯੂਰੀਆ ਲਗਾਉਂਦੇ ਰਹੋ 2-2 ਦਿਨ ਦੇ ਬਾਅਦ। ਲਗਭਗ ਜਿਹੜੀ ਆਪਣੀ PR 126 ਵਰਾਇਟੀ ਹੈ, ਜਿਵੇਂ ਇਹਦੀ ਪਨੀਰੀ ਆ, 25 ਦਿਨਾਂ ਦੀ ਰਿਕਮੈਂਡ ਕੀਤੀ ਜਾਂਦੀ ਹੈ, ਤਾਂ ਲਗਭਗ 20-22 ਦਿਨਾਂ ਦੇ ਵਿੱਚ ਬਹੁਤ ਵਧੀਆ ਪਨੀਰੀ ਤਿਆਰ ਹੋ ਜਾਂਦੀ ਹੈ। ਇਸ ਤੋਂ ਬਿਨਾਂ ਲੂ ਤੋਂ ਬਚਾਉਣ ਦੀ ਲੋੜ ਹੈ। ਦੁਪਹਿਰ ਦੇ ਵੇਲੇ ਜੇਕਰ ਪਾਣੀ ਹੋ ਸਕੇ 11-12 ਵਜੇ ਪਾਣੀ ਕੱਢ ਦੇਣਾ ਚਾਹੀਦਾ ਹੈ, ਸ਼ਾਮ ਨੂੰ ਨਵਾਂ ਪਾਣੀ ਭਰ ਦੇਣਾ ਚਾਹੀਦਾ ਹੈ। ਇਹਦੇ ਨਾਲ ਵੀ ਆਪਣੀ ਪਨੀਰੀ ਦੀ ਜਿਹੜੀ ਗਰੋਥ ਆ ਕਾਫੀ ਵਧੀਆ ਹੁੰਦੀ ਰਹਿੰਦੀ ਹੈ। ਇਸ ਤੋਂ ਬਿਨਾਂ ਜੇਕਰ ਤੁਸੀਂ ਚਾਹੋ ਤਾਂ ਗਰੋਥ ਪ੍ਰਮੋਟਰ ਦੀ ਕੋਈ ਸਪਰੇਅ ਵੀ ਕਰ ਸਕਦੇ ਹੋ। ਅਤੇ ਜੇਕਰ ਲੂ ਤੋਂ ਗਰਮੀ ਤੋਂ ਬਚਾਉਣਾ ਹੈ ਤਾਂ ਹੋ ਸਕੇ ਤਾਂ, ਕਿਉਂਕਿ ਅੱਜ ਕੱਲ੍ਹ ਵੱਡੇ ਪੰਪ ਤਕਰੀਬਨ ਸਭ ਕੋਲ ਨੇ, ਟਰੈਕਟਰਾਂ ਵਾਲੇ ਨੇ ਜਾਂ ਇੰਜਣ ਵਾਲੇ ਨੇ 25 ਲੀਟਰ ਵਾਲੇ, ਤਾਂ ਉਹ ਤੁਸੀਂ 2 ਕੁ ਪੰਪ ਜੇਕਰ ਹੋ ਸਕੇ ਤਾਂ ਦੁਪਹਿਰ ਤੋਂ ਬਾਅਦ 3-4 ਵਜੇ ਫਸਲ ਦੇ ਉੱਪਰ ਜੇਕਰ ਇਕੱਲਾ ਪਾਣੀ ਵੀ ਛਿੜਕ ਦਿੰਦੇ ਹੋ ਤਾਂ ਆਪਣੀ ਫਸਲ ਆ ਜਿਹੜੀ ਸਟ੍ਰੈਸ ਫਰੀ ਹੋ ਜਾਂਦੀ ਹੈ ਅਤੇ ਉਹਦੇ ਨਾਲ ਉਹਦੀ ਗਰੋਥ ਚੱਲਦੀ ਰਹਿੰਦੀ ਹੈ। ਅਤੇ ਗੱਲ ਕਰੀਏ ਪਨੀਰੀ ਦੇ ਵਿੱਚ ਨਦੀਨਾਂ ਦੀ ਰੋਕਥਾਮ। ਨਦੀਨਾਂ ਦੀ ਰੋਕਥਾਮ ਇੱਕ ਤਾਂ ਪਾਣੀ ਦੇ ਨਾਲ ਹੀ ਸੰਭਵ ਹੈ। ਜੇਕਰ ਆਪਾਂ ਪਹਿਲਾਂ ਤਾਂ ਜਿਹੜੀ ਆਪਣੀ ਨਦੀਨਾਂ ਵਾਲੀ ਦਵਾਈ ਆਉਂਦੀ ਹੈ ਉਹ ਆਪਾਂ 24 ਘੰਟੇ ਦੇ ਅੰਦਰ ਪਨੀਰੀ ਦੇ ਬਿਜਾਈ ਤੋਂ ਬਾਅਦ ਖੇਤ ਦੇ ਵਿੱਚ ਪਾਉਣੀ ਹੈ। ਜੇਕਰ ਜ਼ਿਆਦਾ ਵਧੀਆ ਰਿਜ਼ਲਟ ਰਹਿਣੇ ਨੇ ਤਾਂ 8-10 ਘੰਟੇ ਦੇ ਵਿੱਚ ਵਿੱਚ ਇਹ ਜਿਹੜੀ ਦਵਾਈ ਆਪਾਂ ਨੂੰ ਪਾ ਦੇਣੀ ਚਾਹੀਦੀ ਹੈ ਪਾਣੀ ਦੇ ਵਿੱਚ। ਇਹਨੂੰ ਤੁਸੀਂ ਰੇਤੇ 'ਚ ਘੋਲ ਕੇ, ਪਾਣੀ 'ਚ ਘੋਲ ਕੇ, ਜਿਵੇਂ ਮਰਜ਼ੀ ਇਹਦਾ ਛਿੱਟਾ ਦੇ ਸਕਦੇ ਹੋ ਖੇਤ ਦੇ ਵਿੱਚ। ਅਤੇ ਉਸ ਤੋਂ ਬਾਅਦ ਜ਼ਰੂਰੀ ਹੈ ਕਿ ਆਪਣਾ ਲਗਭਗ 10 ਦਿਨ ਘੱਟੋ ਘੱਟ ਪਾਣੀ ਆਪਾਂ ਸੁੱਕਣ ਨਹੀਂ ਦੇਣਾ ਹੈਗਾ। ਜੇਕਰ ਸੁੱਕਦਾ ਹੈ ਰਾਤ ਸਮੇਂ ਸੁੱਕਣ ਦਿਓ, ਦਿਨ ਦੇ ਵੇਲੇ ਫਿਰ ਪਾਣੀ ਭਰ ਦਿਓ। ਕਿਉਂਕਿ ਜੇਕਰ ਜ਼ਮੀਨ ਨੂੰ ਹਵਾ ਲੱਗੇਗੀ ਮਿੱਟੀ ਨੂੰ ਤਾਂ ਹੀ ਨਦੀਨ ਜੰਮਣੇ ਨੇ। ਸੋ ਇਸੇ ਕਰਕੇ ਜੇਕਰ ਹਵਾ ਘੱਟ ਲੱਗੇਗੀ ਜ਼ਮੀਨ ਨੂੰ ਤਾਂ ਨਦੀਨਾਂ ਦੀ ਰੋਕਥਾਮ ਜਿਹੜੀ ਕਾਫੀ ਜ਼ਿਆਦਾ ਵਧੀਆ ਹੋ ਜਾਂਦੀ ਹੈ। ਅਤੇ ਬਾਕੀ ਗੱਲ ਧਿਆਨ ਰੱਖਣ ਯੋਗ ਹੈ ਕਿ ਜਿਹੜੀ PR 126 ਵਰਾਇਟੀ ਆ ਉਹਦਾ ਤੁਸੀਂ ਧਿਆਨ ਰੱਖਣਾ ਕਿ 25-27 ਦਿਨਾਂ ਦੇ ਵਿੱਚ ਵਿੱਚ ਪਨੀਰੀ ਖੇਤ 'ਚ ਲੱਗ ਜਾਣੀ ਚਾਹੀਦੀ ਹੈ। ਇਹਦੀ ਪਨੀਰੀ ਲਗਭਗ ਹੋ ਸਕੇ ਤਾਂ 20 ਮਈ ਦੇ ਆਸ ਪਾਸ ਇਹਦੀ ਬਿਜਾਈ ਕਰੋ, ਤਾਂ ਜੋ 20 ਤੋਂ ਬਾਅਦ ਲੱਗੀ ਹੋਈ ਆਪਣੀ 15 ਤਰੀਕ ਨੂੰ ਤਿਆਰ 25 ਦਿਨਾਂ 'ਚ ਆਰਾਮ ਨਾਲ ਹੋ ਜਾਂਦੀ ਹੈ। ਜੇਕਰ ਤੁਸੀਂ ਹੋਰ ਲੇਟ ਕਰਨੀ ਹੈ ਤਾਂ ਕਰ ਸਕਦੇ ਹੋ, ਕਿਉਂਕਿ ਇਹਦਾ ਝਾੜ ਜਿਹੜਾ ਜਿੰਨੀ ਲੇਟ ਲੱਗੇਗੀ ਵਧੀਆ ਹੀ ਰਹਿੰਦਾ ਹੈ। ਜੂਨ ਦਾ ਆਖਰੀ 5 ਦਿਨ ਅਤੇ ਜੁਲਾਈ ਦਾ ਪਹਿਲੇ 10 ਦਿਨਾਂ ਦੇ ਵਿੱਚ 126 ਵਰਾਇਟੀ ਜੋ ਲੱਗਦੀ ਹੈ ਖੇਤ ਦੇ ਵਿੱਚ, ਉਹਦਾ ਵਧੀਆ ਝਾੜ ਜਿਹੜਾ ਸਭ ਤੋਂ ਟੋਪ ਦਾ ਮਿਲਦਾ ਹੈ। ਅਤੇ ਇੱਕ ਗੱਲ ਇਹ ਧਿਆਨ ਰੱਖਣ ਯੋਗ ਜ਼ਰੂਰ ਹੈ ਕਿ ਜ਼ਿਆਦਾ ਸੰਘਣੀ ਪਨੀਰੀ ਨਹੀਂ ਬੀਜਣੀ। ਸੰਘਣੀ ਪਨੀਰੀ ਦੇ ਵਿੱਚ ਕੀ ਹੁੰਦਾ ਹੈ ਕਿ ਆਪਣੇ ਜਿਹੜੇ ਪਨੀਰੀ ਦੇ ਡੱਕੇ ਨੇ ਉਹ ਪਤਲੇ ਰਹਿ ਜਾਂਦੇ ਅਤੇ ਖੇਤ ਵਿੱਚ ਜਾ ਕੇ ਪਨੀਰੀ ਮਰ ਜਾਂਦੀ ਹੈ। ਸੋ ਇਸ ਕਰਕੇ ਜ਼ਿਆਦਾ ਸੰਘਣੀ ਪਨੀਰੀ ਨਹੀਂ ਬੀਜਣੀ, ਥੋੜ੍ਹੀ ਜਿਹੀ ਹਲਕਾ ਜਿਹਾ ਦਾਣਾ ਜਿਹੜਾ ਛਿੱਦਾ ਰਹਿਣਾ ਚਾਹੀਦਾ ਤਾਂ ਜੋ ਪੱਤਿਆਂ ਦੀ ਗਰੋਥ ਵਧੀਆ ਹੋ ਸਕੇ, ਜਿਹੜਾ ਆਪਣੀ ਪਨੀਰੀ ਦਾ ਤਣਾ ਹੈ ਉਹ ਵਧੀਆ ਮੋਟਾ ਮਜ਼ਬੂਤ ਬਣ ਸਕੇ। ਅਤੇ ਅੱਗੇ ਜਾ ਕੇ ਜੇਕਰ ਥੋੜ੍ਹੀ ਬਹੁਤ ਕਿਤੇ ਪਾਣੀ ਦੀ ਕੋਈ ਬਰਸਾਤ ਵਗੈਰਾ ਹੁੰਦੀ ਹੈ, ਪਾਣੀ ਥੋੜ੍ਹਾ ਬਹੁਤ ਜ਼ਿਆਦਾ ਆਉਂਦਾ ਹੈ, ਤਾਂ ਫਸਲ ਆਪਣੀ ਮਰੇ ਨਾ ਛੇਤੀ ਚਾਲੂ ਹੋ ਜਾਵੇ। ਕਿਉਂਕਿ ਜੇਕਰ ਪਨੀਰੀ ਦਾ ਡੱਕਾ ਤੰਦਰੁਸਤ ਨਰੋਆ ਹੈ ਤਾਂ ਉਹ ਚਾਲੂ ਵੀ ਛੇਤੀ ਹੁੰਦਾ ਹੈ ਬਿਨਾਂ ਮੁਰਝਾਏ ਤੋਂ।
ਸੋ ਇਹ ਗੱਲਾਂ ਦਾ ਧਿਆਨ ਰੱਖਣ ਦੀ ਲੋੜ ਹੈ। ਬਾਕੀ ਜੇਕਰ ਹੋਰ ਕੋਈ ਗੱਲਬਾਤ ਜਿਵੇਂ ਵੀ ਅਗਲੀ ਮਿਲਦੀ ਹੈ ਅਪਡੇਟ, ਉਹ ਤੁਹਾਡੇ ਨਾਲ ਆਪਾਂ ਸਾਂਝੀ ਕਰਦੇ ਰਹਾਂਗੇ ਸਮੇਂ-ਸਮੇਂ ਤੇ। ਅਤੇ ਬਾਕੀ ਹੁਣ ਜਾਣਦੇ ਹੋਏ ਗੱਲ ਕਰ ਜੀ ਉਹਨਾਂ ਕਿਸਾਨਾਂ ਬਾਰੇ ਜਿਹੜੇ ਕਿ ਜ਼ਿਆਦਾ ਪ੍ਰੋਡਕਟ ਯੂਜ਼ ਕਰਨਾ ਚਾਹੁੰਦੇ ਨੇ, ਜਿਨ੍ਹਾਂ ਨੇ ਲਟਰ ਪਟਰ ਖੇਤਾਂ ਦੇ ਵਿੱਚ ਪਾਉਣਾ ਹੁੰਦਾ ਹੈ, ਹੋਰ ਜ਼ਿਆਦਾ ਵੀ ਛੇਤੀ ਗਰੋਥ ਹੋ ਜਾਵੇ, ਤਾਂ ਉਹ ਕਿਸਾਨ ਜੇਕਰ ਥੋੜ੍ਹਾ ਬਹੁਤ ਵਾਧੂ ਖਰਚਾ ਕਰਨਾ ਚਾਹੁੰਦੇ ਨੇ ਤਾਂ ਜ਼ਿਆਦਾ ਦੇ ਪ੍ਰੋਡਕਟ ਪਾ ਸਕਦੇ ਨੇ। ਪੋਲੀਸਲਫੇਟ ਪਾਇਆ ਜਾ ਸਕਦਾ ICL ਦਾ, ਇਸ ਤੋਂ ਇਲਾਵਾ 11 ਮਿਲਾ ਪਾਇਆ ਜਾ ਸਕਦਾ ਹੈ, ਕਿਹੜਾ ਲਗਭਗ ਕਿੱਲੇ ਦਾ 25-30 ਕਿੱਲੋ ਦੇ ਹਿਸਾਬ ਨਾਲ ਜੇਕਰ ਪਾਉਂਦੇ ਹਾਂ ਤਾਂ ਵਧੀਆ ਰਿਜ਼ਲਟ ਵੀ ਦੇ ਜਾਂਦੇ ਨੇ, ਇਹਨਾਂ ਨਾਲ ਵੀ ਜਿਹੜੀ ਗਰੋਥ ਆ ਕੁਝ ਹੱਦ ਤੱਕ ਵਧੀਆ ਰਹਿੰਦੀ ਹੈ। ਬਾਕੀ ਆਪਣੀ ਸਲਾਹ ਹੈ ਕਿ ਇਹਨਾਂ ਵਾਧੂ ਖਰਚੇ ਥੋੜ੍ਹਾ ਜਿਹਾ ਬਚਿਆ ਜਾਵੇ, DAP ਜਿੰਕ ਥੋੜ੍ਹਾ ਬਹੁਤ ਸਲਫਰ ਹਲਕਾ ਫੁਲਕਾ ਜਿਹਾ ਆਪਾਂ ਪਾ ਸਕਦੇ ਹਾਂ ਖੇਤ ਦੇ ਵਿੱਚ, ਇਹੀ ਮੇਨ ਤੱਤ ਹੁੰਦੇ ਨੇ ਜਿਨ੍ਹਾਂ ਦੇ ਨਾਲ ਜਿਹੜੀ ਆਪਣੀ ਫਸਲ ਆ ਵਧੀਆ ਗਰੋਥ ਕਰਦੀ ਹੈ। ਜਿੰਕ ਲਾਜ਼ਮੀ ਪਾਉਣਾ ਹੈ ਕਿਉਂਕਿ ਜਿੰਕ ਦੀ ਘਾਟ ਨਾ ਆਵੇ, ਇਸ ਦੇ ਲਈ ਜਿੰਕ ਪਾਓ। ਜੇਕਰ ਜਿੰਕ ਦੀ ਘਾਟ ਆਵੇਗੀ ਤਾਂ ਪੀਲਾਪਣ ਆਉਣਾ ਹੈ, ਜੇਕਰ ਪੀਲਾਪਣ ਆ ਗਿਆ ਤਾਂ ਫਸਲ ਦੀ ਗਰੋਥ ਰੁਕਣੀ ਹੈ। ਸੋ ਪਨੀਰੀ ਦੇ ਉੱਪਰ ਕਦੇ ਵੀ ਪੀਲਾਪਣ ਨਹੀਂ ਆਉਣ ਦੇਣਾ, ਜੇਕਰ ਪੀਲਾਪਣ ਫਿਰ ਵੀ ਆਉਂਦਾ ਹੈ ਤਾਂ ਜਿੰਕ ਲੋਹੇ ਦੀ ਸਪਰੇਅ ਜ਼ਰੂਰ ਕਰਨੀ ਹੈ, 2 ਗ੍ਰਾਮ ਪ੍ਰਤੀ ਲੀਟਰ ਦੇ ਹਿਸਾਬ ਨਾਲ ਆਪਾਂ ਪਾ ਕੇ ਚਲੇਟਡ ਜਿੰਕ ਚਲੇਟਡ ਲੋਹਾ ਪਾਉਣਾ ਹੈ। ਸੋ ਬਾਕੀ ਅਗਲੀ ਅਪਡੇਟ ਲੈ ਕੇ ਕੋਈ ਮੌਸਮ ਖੇਤੀਬਾੜੀ ਜਿਵੇਂ ਵੀ ਮਿਲਦੀ ਹੈ ਕਿਸਾਨਾਂ ਲਈ ਫਿਰ ਹਾਜ਼ਰ ਹੋਵਾਂਗੇ। ਸੋ ਉਦੋਂ ਤੱਕ ਲਈ ਇਜਾਜ਼ਤ ਦਿਓ, ਮਿਲਦੇ ਹਾਂ ਅਗਲੀ ਵੀਡੀਓ ਦੇ ਵਿੱਚ।